ਜੇ ਸਾਨੂੰ ਉਹ ਵੀ ਰੱਖਣ 'ਤੇ ਜਿਹੜਾ ਨਹੀਂ ਦਿੱਤਾ ਜਾਏਗਾ, ਜੇ ਜਿਹੜੇ ਐਗਜ਼ਿਸਟਿੰਗ ਹੁਣ ਸੈਸ਼ਨ ਨੇ ਜਿਹੜੇ ਉਹ ਘੱਟੋ ਘੱਟ 40 ਦਿਨ ਦਾ ਜਿਹੜਾ ਹੈ ਸਿਟਿੰਗ ਹੋਣੀ ਚਾਹੀਦੀ ਹੈ, ਅਤੇ ਜੇ ਅੱਜ ਦੇਖੀਏ ਹੁਣ ਤੱਕ ਮਸਾਂ ਜਿਹੜਾ ਹੈ 10-12 ਸਿਟਿੰਗ ਇਸ ਸਾਲ ਦੇ ਵਿੱਚ ਵਿਧਾਨ ਸਭਾ ਦੀਆਂ ਹੋਈਆਂ ਨੇ। ਸੋ ਲੋਕਤੰਤਰ ਦਾ ਇਹ ਬਹੁਤ ਵੱਡਾ ਕਾਣ ਹੋ ਰਿਹਾ। ਸਰਕਾਰ ਆਪਦੀਆਂ ਨਾਕਾਮੀਆਂ ਕਰਕੇ ਇਹ ਗੱਲਾਂ ਤੋਂ ਬਹਿਸ ਕਰਨ ਨੂੰ ਭੱਜ ਰਹੀ ਹੈ, ਅਤੇ ਜੇ ਜਿਸ ਤਰ੍ਹਾਂ ਉਹਨਾਂ ਨੇ ਇਸ ਸੈਸ਼ਨ ਨੂੰ ਕਰਟੇਲ ਕਰਨ ਦੀ, ਇਹਨੂੰ ਇਹਦਾ ਸਮਾਂ ਘਟਾਉਣ ਦੀ ਜਿਹੜੀ ਵਿਉਂਤ ਬਣਾ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਉਹਦਾ ਪੂਰਾ ਡਟ ਕੇ ਵਿਰੋਧ ਕਰੇਗਾ, ਅਤੇ ਅਸੀਂ ਜਿਹੜਾ ਹੈ ਇਸ ਗੱਲ ਦਾ ਦਬਾਅ ਫਿਰ ਪਾਵਾਂਗੇ ਵੀ ਜਿਹੜਾ ਇਸ ਸੈਸ਼ਨ ਨੂੰ ਘੱਟੋ ਘੱਟ ਜਿਹੜਾ ਇੱਕ ਹਫ਼ਤੇ ਦਾ ਸੈਸ਼ਨ ਹੋਣਾ ਚਾਹੀਦਾ, ਤਾਂ ਕਿ ਹਰ ਹਲਕੇ ਦੇ ਨਾਲ ਹਰ ਵਰਗ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਮੁਸ਼ਕਲਾਂ ਨੇ ਉਹਨਾਂ ਨੂੰ, ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਵਿਧਾਨ ਸਭਾ ਵਿੱਚ ਰੱਖ ਸਕੀਏ, ਸਰਕਾਰ ਦੇ ਧਿਆਨ ਵਿੱਚ ਲਿਆ ਸਕੀਏ। ਅਤੇ ਇਹ ਜਿਹੜੀ ਸਾਡੀ, ਜੇ ਸਾਨੂੰ ਇਹ ਡਿਊਟੀ ਅਸੀਂ ਪੂਰੀ ਨਹੀਂ ਕਰ ਸਕਾਂਗੇ, ਪਰ ਸਾਡਾ ਜਿਹੜਾ MLA ਚੁਣੇ ਜਾਣ ਦਾ ਤਾਂ ਜਿਹੜਾ ਹੈ ਜਿਹੜਾ ਗੱਲ ਹੈ ਉਹਦਾ ਕੋਈ ਮਾਇਨਾ ਨਹੀਂ ਰਹਿੰਦਾ, ਅਤੇ ਇੰਨਾ ਜਿਹੜਾ ਪੈਸਾ ਵਿਧਾਨ ਸਭਾ 'ਤੇ ਵੀ ਬਰਬਾਦ ਕਰਦੇ ਆ ਸੈਸ਼ਨ ਬੁਲਾ ਕੇ, ਉਹਦਾ ਵੀ ਕੋਈ ਮਾਇਨੇ ਨਹੀਂ ਰੱਖਦੇ। ਸੋ ਇਹਦੀ ਅਸੀਂ ਜੇ ਸਰਕਾਰ ਇਹਨੂੰ ਇੱਕ ਦਿਨ ਦਾ ਕਰਦੀ ਹੈ, ਅਸੀਂ ਇਹਦਾ ਪੂਰਾ ਡਟ ਕੇ ਜਿਹੜਾ ਵਿਰੋਧ ਕਰਾਂਗੇ। BJP ਤੁਸੀਂ ਦੇਖੋ ਅੱਜ ਤੱਕ ਜੋ ਉਹਨਾਂ ਨੇ ਗੱਲ ਕੀਤੀ ਸੀ, ਉਹ ਕਹਿੰਦੇ ਵੀ ਅਸੀਂ ਕੱਲ੍ਹ ਦੇ ਸੈਸ਼ਨ ਨੂੰ 2 ਦਿਨ ਦੀ ਸਿਟਿੰਗ ਨੂੰ 1 ਦਿਨ ਦੀ ਸਿਟਿੰਗ ਕਰਕੇ ਉਹਨੂੰ ਜਦ ਤੱਕ ਲੋੜ ਹੋਏਗੀ ਉਹਨੂੰ ਐਕਸਟੈਂਡ ਕਰ ਲਾਂਗੇ। ਜੋ ਉਹਨਾਂ ਨੇ ਸਾਨੂੰ ਦੱਸਿਆ, ਜੋ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੇ ਵਿੱਚ ਸਾਡੇ ਧਿਆਨ ਵਿੱਚ ਲਿਆਂਦਾ, ਸੋ ਇਹ ਗੱਲ ਦਾ ਜਿਹੜਾ ਅਸੀਂ ਇਸ ਗੱਲ 'ਤੇ ਉਹਨਾਂ ਨੂੰ ਬਿਲਕੁਲ ਕੋਰਾ ਜਵਾਬ ਦੇਤਾ ਵੀ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ। ਸਾਡੀ ਡਿਮਾਂਡ ਇਹ ਹੈ ਵੀ ਸਿਟਿੰਗ ਨੂੰ 4 ਤੋਂ ਵਧਾਇਆ ਜਾਵੇ, ਅਤੇ ਤੁਸੀਂ ਜਿਹੜਾ ਉਲਟਾ ਉਹ 3 ਸਿਟਿੰਗਸ ਨੂੰ ਵੀ ਕੱਟ ਕੇ 1 ਸਿਟਿੰਗ ਕਰਨ ਜਾ ਰਹੇ ਹੋ, ਇਹ ਤਾਂ ਬਿਲਕੁਲ ਹੀ ਜਿਹੜੀ ਹੈ ਨੇਰਗਰਦੀ। ਐਸਾ ਅੱਜ ਤੱਕ ਕੋਈ ਸੈਸ਼ਨ ਨਹੀਂ ਹੋਇਆ ਜਿਹਦੀ ਸਿਰਫ 1 ਸਿਟਿੰਗ ਹੋਵੇ। ਤੁਸੀਂ ਵਿਧਾਨ ਸਭਾ ਦਾ ਇਤਿਹਾਸ ਕੱਢ ਕੇ ਦੇਖ ਲਓ, ਕੋਈ ਐਸਾ ਸੈਸ਼ਨ ਨਹੀਂ ਹੋਇਆ। ਅਤੇ ਹੁਣ ਮੈਂ ਨਹੀਂ ਸਮਝਦਾ ਵੀ ਇਹ ਸਰਕਾਰ ਦੀ ਇਖਲਾਕੀ ਇੱਕ ਬਹੁਤ ਵੱਡੀ ਹਾਰ ਹੈ ਮੈਂ ਸਮਝਦਾ, ਜਾਂ ਇੱਕ ਆਪਦੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੀ ਗੱਲ ਹੈ। ਦੇਖੋ ਕੁਐਸਚਨਸ ਵੀ ਉਹ ਨਹੀਂ, ਕੁਐਸਚਨਸ ਤਾਂ ਲੱਗਣਗੇ ਜੇ ਸਿਟਿੰਗਸ ਹੋਣਗੀਆਂ। ਜੇ 6-7 ਸਿਟਿੰਗ, ਇੰਨੇ ਕੁਐਸਚਨਸ ਲੱਗੇ ਹੋਏ ਨੇ ਵੀ 6-7 ਸਿਟਿੰਗਸ ਦੇ ਵਿੱਚ ਵੀ ਉਹ ਕੁਐਸਚਨ ਜਿਹੜੇ ਨੇ ਸਾਰੇ ਕਵਰ ਪੂਰੇ ਨਹੀਂ ਹੋ ਸਕਦੇ, ਇਹ ਅਸੀਂ ਉੱਥੇ ਅੱਜ ਪੁੱਛਿਆ ਸੀ। ਅਤੇ ਹੋਰ ਵੀ ਜਿਹੜਾ ਹੈ ਨੋਨ ਅਫੀਸ਼ੀਅਲ ਬਿਜ਼ਨਸ ਬਹੁਤ ਹੈ ਜਿਹੜਾ ਕੰਡਕਟ ਕਰਨ ਵਾਲਾ ਹੈ, ਲੋਕਾਂ ਦੇ ਮੁੱਦੇ ਨੇ ਜਿਹੜੇ ਉੱਥੇ ਡਿਸਕਸ ਕਰਨ ਵਾਲੇ ਨੇ। ਅਸੀਂ ਤਾਂ ਉਹ ਮੁੱਦਿਆਂ ਨੂੰ ਡਿਸਕਸ ਕਰਨਾ ਚਾਹੁੰਦੇ ਜਿਹੜੇ ਪੰਜਾਬ ਦੇ ਹਰ ਨਾਗਰਿਕ ਦੇ ਨਾਲ ਜੁੜੇ ਹੋਏ ਨੇ, ਜਿਹੜੇ ਮਸਲੇ ਉਹਨਾਂ ਨੂੰ ਅਸੀਂ ਵਿਧਾਨ ਸਭਾ 'ਚ ਉਠਾਉਣਾ ਚਾਹੁੰਦੇ ਹਾਂ। ਉਹ ਲੈ ਕੇ ਆਵਾਂਗੇ, ਅਸੀਂ ਲੈ ਕੇ ਆ ਰਹੇ ਹਾਂ ਸਾਰੇ, ਉਹ ਤਾਂ ਏਜੰਡਾ ਦੇ ਵਿੱਚ ਹੈ ਹੀ ਹੈ। ਸੋਮ ਪ੍ਰਕਾਸ਼ ਦੀ ਗੱਲ ਸੁਣ ਲਓ ਜੀ। ਤਾਂ ਬਹੁਤ ਦੁਖਦਾਈ ਗੱਲ ਹੈ ਕਿ ਵਿਧਾਨ ਸਭਾ ਦੇ ਜਿਹੜਾ ਸੈਸ਼ਨ ਇਸ ਵਾਰੀ ਹੋ ਰਿਹਾ, ਇਹਦੇ ਵਿੱਚ ਸਿਰਫ ਇੱਕ ਸੈਸ਼ਨ ਹੋ ਰਿਹਾ, ਔਰ ਪਹਿਲਾਂ ਇਹ ਕਿਹਾ ਗਿਆ ਸੀ ਕਿ 3 ਸੈਸ਼ਨ ਹੋਣਗੇ, ਪਹਿਲਾਂ ਵਿਚਰੀਜ ਹੋਣਗੀਆਂ ਅਤੇ 2 ਸੈਸ਼ਨ ਹੋਣਗੇ, ਔਰ ਇਹ ਪਹਿਲੀ ਵਾਰ ਹੋ ਰਿਹਾ ਕਿ ਇੰਨਾ ਛੋਟਾ ਸੈਸ਼ਨ ਰੱਖਿਆ ਗਿਆ ਹੈ, ਕੋਈ ਕਿਸੇ ਨੂੰ ਮੌਕਾ ਨਹੀਂ ਦਿੱਤਾ ਗਿਆ ਬੋਲਣ ਦਾ। ਜੇ ਸੈਸ਼ਨ ਦੇ ਵਿੱਚ ਸਮਾਂ ਮਿਲੇ ਬੋਲਣ ਦਾ ਤਾਂ ਹੀ ਅਸੀਂ ਬੋਲ ਸਕਦੇ ਹਾਂ। ਔਰ ਸਰਕਾਰ ਦਾ ਪਤਾ ਨਹੀਂ ਕੀ ਹੈ ਕਿ ਉਹ ਕੋਈ ਵੀ ਕੰਮ ਦੀ ਗੱਲ ਹੋ ਨਹੀਂ ਰਹੀ, ਔਰ ਇਸ ਪਾਸੇ ਨਾ ਸਰਕਾਰ ਦਾ ਧਿਆਨ ਹੈ। ਜਿਹੜੇ ਜ਼ਰੂਰੀ ਮਸਲੇ ਹੈ ਸਰਕਾਰ ਉਠਾਉਣ ਵਾਲੇ, ਓਪੋਜੀਸ਼ਨ ਨੇ ਉਠਾਉਣੇ ਹੁੰਦੇ ਆ, ਚਾਹੇ ਉਹ ਕਿਸਾਨ ਦੀ ਗੱਲ ਹੋਵੇ, ਚਾਹੇ ਮਜ਼ਦੂਰ ਦੀ ਗੱਲ ਹੋਵੇ, ਚਾਹੇ SC ਦੀ ਗੱਲ ਹੋਵੇ, ਚਾਹੇ ਇੱਕ ਖੇਤ ਮਜ਼ਦੂਰ ਦੀ ਗੱਲ ਹੋਵੇ। ਬਹੁਤ ਸਾਰੇ ਮਹੱਤਵਪੂਰਨ ਮਸਲੇ, ਗੰਨੇ ਦੀ ਪੇਮੈਂਟ ਦਾ ਹੈ ਅਤੇ ਹੋਰ ਆਲੂਆਂ ਦਾ ਹੈ ਅਤੇ ਹੋਰ ਜਿਹੜੇ ਝੋਨੇ ਦਾ ਰੁਲਿਆ ਹੈ, ਉਹ ਸਾਰੇ ਮਸਲੇ ਉਠਾਉਣ ਵਾਲੇ ਨੇ। ਬਹੁਤ ਸਮਾਂ ਚਾਹੀਦਾ, ਘੱਟੋ ਘੱਟ 1 ਹਫ਼ਤਾ ਦਾ, 10 ਸੈਸ਼ਨ ਹੋਣ ਤਾਂ ਜਾ ਕੇ ਗੱਲ ਬਣਦੀ ਆ, ਤਾਂ ਸਾਰੇ ਮਸਲੇ ਉਠਾਏ ਜਾ ਸਕਦੇ ਆ। ਸਾਰੇ MLAs ਇਸ ਬਾਰੇ ਬੜੇ ਦੁਖੀ ਨੇ, ਚਾਹੇ ਕਿਸੇ ਵੀ ਪਾਰਟੀ ਦੇ ਹੋਣ, ਉਹ ਸਾਰੇ ਚਾਹੁੰਦੇ ਨੇ ਕਿ ਸਮਾਂ ਮਿਲੇ, ਆਪਣੇ ਆਪਣੇ ਇਲਾਕੇ ਦੀਆਂ ਗੱਲਾਂ ਅਸੀਂ ਲੋਕਾਂ ਸਰਕਾਰ ਦੇ ਅੱਗੇ ਉਠਾ ਸਕੀਏ, ਲੇਕਿਨ ਸਰਕਾਰ ਭੱਜ ਰਹੀ ਹੈ ਇਹਨਾਂ ਮਸਲਿਆਂ ਤੋਂ। ਔਰ ਇਹ ਪਹਿਲੀ ਵਾਰ ਹੋ ਰਿਹਾ, ਪਿਛਲੇ ਵਾਰੀ ਵੀ ਸੈਸ਼ਨ ਬਿਲਕੁਲ ਛੋਟਾ ਹੋਇਆ ਸੀ, ਇਸ ਵਾਰੀ ਤਾਂ ਬਿਲਕੁਲ ਸਰਕਾਰ ਨੇ ਇਸ ਪਾਸੇ ਆ ਗਈ ਕਿ 1 ਦਿਨ ਦਾ ਸੈਸ਼ਨ ਰੱਖ ਕੇ ਡੈਮੋਕ੍ਰੇਸੀ ਦਾ, ਲੋਕਤੰਤਰ ਦਾ ਜਲੂਸ ਕੱਢਣ ਵਾਲੀ ਗੱਲ ਹੈ। ਔਰ ਅਸੀਂ ਚਾਹਾਂਗੇ, ਸਰਕਾਰ ਨੂੰ ਇਹ ਬੇਨਤੀ ਵੀ ਹੈ ਸਰਕਾਰ ਤੋਂ ਚਾਹਾਂਗੇ ਕਿ ਲੋਕਤੰਤਰ ਦੀ ਮਰਿਆਦਾ ਦੇ ਮੁਤਾਬਕ ਲੋਕਾਂ ਨੂੰ ਵੱਧ ਤੋਂ ਵੱਧ ਸੈਸ਼ਨ ਦੇਣ, ਔਰ ਤਾਂ ਕਿ ਅਸੀਂ ਆਪਣੇ ਵਿਚਾਰ ਲੋਕਾਂ ਅੱਗੇ ਰੱਖ ਸਕੀਏ। ਜਿਹੜੇ ਸ਼੍ਰਿੰਕਿੰਗ ਸੈਸ਼ਨ ਹੈ ਔਰ ਸਟੈਂਡਰਡ ਆਫ ਡਿਸਕਸ਼ਨ ਇਨ ਦੀ ਹਾਊਸ ਹੈ, ਉਹ ਬਹੁਤ ਮਾੜਾ ਹੋ ਰਿਹਾ। ਜਿਸ ਤਰ੍ਹਾਂ ਦੇ ਪਿਛਲੇ ਸੈਸ਼ਨ ਦੇ ਵਿੱਚ ਸਰਕਾਰ ਦੇ ਮੰਤਰੀਆਂ ਨੇ
नीच भाषा बोली है, गंदी भाषा बोली है, स्टैंडर्ड तो डिग के बोले ने, यह भी इन्हों समझने की लड़ है। लोकतंत्र के असी अपनी गल रख सकते हैं, गंद नहीं बोल सकते। इस करके सरकार को चाहिए कि जोड़े सैशन है ठीक तरह चला और चंगा लंबा समा चलाइए ताकि लोगों की गल लोगों सामने सरकार सामने असी रख सकी।